ਸਤਿ ਸ਼੍ਰੀ ਅਕਾਲ ਈਨਾਈਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵਿੰਦਰ ਸਿੰਘ ਖਾਸ ਰਿਹਾ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਇਸ ਵੇਲੇ। ਸਭ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੇ ਵਿੱਚ ਖਾਸ ਅਤੇ ਅਹਿਮ ਸੁਰਖੀਆਂ 'ਤੇ। ਵਿਧਾਨ ਸਭਾ ਬਜਟ ਸੈਸ਼ਨ ਦੇ ਆਖਰੀ ਦਿਨ ਸੁਖਪਾਲ ਸਿੰਘ ਖਹਿਰਾ ਖਿਲਾਫ਼ ਨਿੰਦਾ ਮਤਾ ਪਾਸ। ਖਹਿਰਾ ਨੇ ਕਾਂਗਰਸ 'ਤੇ ਕੀਤਾ ਪਲਟਵਾਰ, ਕਿਹਾ ਸੱਤਾਧਾਰੀ ਉਹਨਾਂ ਵੱਲੋਂ ਨਾਜਾਇਜ਼ ਗੱਲ ਨੂੰ ਟੋਕਣ ਤੋਂ ਹਨ ਪਰੇਸ਼ਾਨ। ਕਾਂਗਰਸੀ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਸੁਖਪਾਲ ਖਹਿਰਾ ਨੂੰ ਲਿਆ ਨਿਸ਼ਾਨੇ 'ਤੇ, ਕਿਹਾ ਜਿਸ ਨੂੰ ਕੁਝ ਨਹੀਂ ਆਉਂਦਾ ਉਹੀ ਕਰਦਾ ਹੈ ਅਜਿਹੀ ਰਾਜਨੀਤੀ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਿਰ ਸਾਧਿਆ ਸੁਖਬੀਰ ਬਾਦਲ 'ਤੇ ਨਿਸ਼ਾਨਾ, ਕਿਹਾ ਸੁਖਬੀਰ ਚਾਹੁੰਦੇ ਹਨ ਕਿ ਕਾਂਗਰਸ ਵੀ ਉਹਨਾਂ ਦੀ ਸਰਕਾਰ ਵਾਂਗ ਬੋਲੇ, ਲੋਕਾਂ ਨਾਲ ਝੂਠ। ਬਿਕਰਮ ਸਿੰਘ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ 'ਤੇ ਕੀਤਾ ਪਲਟਵਾਰ, ਮਨਪ੍ਰੀਤ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ ਨਿਸ਼ਾਨੇ 'ਤੇ, ਕਈ ਹੋਰ ਮੁੱਦਿਆਂ 'ਤੇ ਵੀ ਦਿੱਤੀ ਪ੍ਰਤੀਕਿਰਿਆ। ਬਜਟ ਸੈਸ਼ਨ ਦੌਰਾਨ ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ 'ਚ ਹੋਈ ਤਗੜੀ ਬਹਿਸ। ਸੁਖਬੀਰ ਨੇ ਮਨਪ੍ਰੀਤ ਬਾਦਲ ਵੱਲੋਂ ਤਿਆਰ ਬਜਟ ਨੂੰ ਦੱਸਿਆ ਝੂਠ ਦਾ ਪੁਲੰਦਾ, ਕਿਹਾ ਮਨਪ੍ਰੀਤ ਬਾਦਲ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ ਧੋਖਾ। ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਆਖਰੀ ਦਿਨ ਵੀ ਕੀਤਾ ਵਾਕਆਊਟ। ਆਪ ਵਿਧਾਇਕ ਅਮਨ ਅਰੋੜਾ, ਐਚ ਐਸ ਫੂਲਕਾ ਅਤੇ ਕਮਲ ਸੰਧੂ ਨੇ ਸਰਕਾਰ 'ਤੇ ਸਾਧੇ ਨਿਸ਼ਾਨੇ, ਕਿਹਾ ਸਰਕਾਰ ਕਰ ਰਹੀ ਹੈ ਵਾਅਦਾ ਖਿਲਾਫੀ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਆਖਰੀ ਦਿਨ ਦੀ। ਅੱਜ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਆਖਰੀ ਦਿਨ ਵਿਰੋਧੀ ਧਿਰ ਅਤੇ ਸੱਤਾਧਾਰੀ ਧਿਰ ਦੇ ਵਿਚਕਾਰ ਜੰਮ ਕੇ ਨੋਕਝੋਕ ਦੇਖਣ ਨੂੰ ਮਿਲੀ। ਹਾਲਾਂਕਿ ਅੱਜ ਅਖੀਰਲੇ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਵਿਧਾਇਕਾਂ ਨੇ ਵਾਕਆਊਟ ਕੀਤਾ ਅਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੇ ਬਾਵਜੂਦ ਅਖੀਰਲੇ ਦਿਨ ਪੰਜਾਬ ਦੇ ਬਜਟ ਨੂੰ ਪਾਸ ਕਰ ਦਿੱਤਾ ਗਿਆ, ਜਿਸ ਵਿੱਚ ਕੁਝ ਮਾਮੂਲੀ ਸੋਧਾਂ ਵੀ ਕੀਤੀਆਂ ਗਈਆਂ। ਸੈਸ਼ਨ ਦੇ ਅਖੀਰ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ਼ ਨਿੰਦਾ ਮਤਾ ਪਾਸ ਕੀਤਾ ਗਿਆ। ਇਸ ਬਾਰੇ ਪ੍ਰਤੀਕਰਮ ਦਿੰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੱਤਾਧਾਰੀ ਇਸ ਕਾਰਨ ਪਰੇਸ਼ਾਨ ਹਨ ਕਿ ਉਹ ਉਹਨਾਂ ਦੀਆਂ ਹਰ ਨਾਜਾਇਜ਼ ਗੱਲਾਂ ਨੂੰ ਟੋਕਦੇ ਹਨ। ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਇਹ ਦੋਸ਼ ਵੀ ਲਾਏ ਕਿ ਉਹਨਾਂ ਵਿਚਕਾਰ ਜਲਦ ਹੀ ਅਲਾਇੰਸ ਹੋ ਜਾਵੇਗਾ। ਮੈਂ ਇੱਕ ਪ੍ਰੋਟੈਸਟ ਵਿੱਚ ਵਾਕਆਊਟ ਕਰ ਗਿਆ। ਪਹਿਲਾਂ ਇਹਨਾਂ ਦੇ ਵਾਕਆਊਟ ਦਾ ਮੈਂ ਸਪੋਰਟ ਕਰਦਾ, ਕਿਉਂਕਿ ਮੇਰਾ ਬਿੱਲ ਆਇਆ ਸੀ। ਇੱਕ ਬਿੱਲ ਪੇਸ਼ ਕੀਤਾ ਗਿਆ ਪੰਜਾਬ ਦੀ ਵਿਧਾਨ ਸਭਾ 'ਚ ਹੁਣੇ, ਕਿ ਜਿਹੜੇ ਮਿਨਿਸਟਰਸ ਨੇ 10 ਤੋਂ 11 ਸ਼ਾਇਦ ਸਪੀਕਰ ਅਤੇ ਡਿਪਟੀ ਸਪੀਕਰ ਵੀ ਪੈ ਗਏ ਨੇ ਵਿੱਚ, ਕਿ ਆਪਣਾ ਇਨਕਮ ਟੈਕਸ ਆਪ ਦੇਣਗੇ ਸਾਲ ਦਾ। ਇਨਕਮ ਟੈਕਸ ਮੈਂ ਸਾਰੇ ਪੰਜਾਬ ਨੂੰ ਦੱਸਣਾ ਚਾਹੁੰਦਾ ਕਿ ਇੱਕ ਮਿਨਿਸਟਰ ਦਾ ਇਨਕਮ ਟੈਕਸ ਸਾਲ ਦਾ ਤਕਰੀਬਨ 90,000 ਰੁਪਈਆ ਜੀ। ਚਲੋ ਜੇ 10-11-12 ਮਿਨਿਸਟਰ ਜੇ ਆਪਣਾ ਟੈਕਸ ਆਪ ਦੇਣਗੇ ਤਾਂ ਸਾਲ ਦਾ ਕਹਿ ਰਿਹਾ, ਸੁਣ ਲਓ ਚੰਗੀ ਤਰ੍ਹਾਂ ਨਾਲ, 10 ਲੱਖ ਰੁਪਈਆ ਸਰਕਾਰ ਬਚਾਊ ਇਸ ਬਿੱਲ ਨਾਲ। ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਪੈਨੀ ਵਾਈਜ਼ ਐਂਡ ਪਾਊਂਡ ਫੁਲਿਸ਼। ਜਿਹੜੀ ਸਰਕਾਰ 10 ਲੱਖ ਰੁਪਈਆ ਬਚਾਉਣ ਵਾਸਤੇ ਇੱਦਾਂ ਸ਼ੋਸ਼ਾ ਕਰ ਰਹੀ ਹੈ, ਇੱਥੇ ਸਦਨ ਦੇ ਵਿੱਚ ਬਿੱਲ ਪੇਸ਼ ਕਰ ਰਹੀ ਹੈ, ਲੇਕਿਨ ਚੀਫ ਮਿਨਿਸਟਰ ਸਾਹਿਬ ਨੇ 19 ਐਡਵਾਈਜ਼ਰ ਅਤੇ OSD ਲਾਏ ਹੋਏ ਨੇ, ਜਿਨ੍ਹਾਂ ਦੀ ਅਗਰ ਮੈਂ ਤਨਖਾਹਾਂ ਕਰਾਂ ਗੱਲ, 2-2 ਲੱਖ ਰੁਪਇਆ ਤਨਖਾਹਾਂ, ਗੱਡੀਆਂ, ਮੋਟਰਾਂ, ਤੇਲ, ਸਿਕਿਉਰਿਟੀ, ਖਾਣਾ ਪੀਣਾ ਔਰ 4-4 ਕਨਾਲ ਦੀਆਂ ਕੋਠੀਆਂ ਚੰਡੀਗੜ੍ਹ। ਕੈਬਨਿਟ ਅਤੇ ਮਿਨਿਸਟਰ ਦਾ ਸਟੇਟਸ ਔਰ ਮਿਨਿਸਟਰ ਆਫ ਸਟੇਟ ਦਾ ਸਟੇਟਸ, ਜੇ ਆਪਾਂ ਉਹਨਾਂ ਦੀ ਸਾਲਾਨਾ ਸੈਲਰੀਜ਼ ਕੈਲਕੂਲੇਟ ਕਰੀਏ, 19 ਐਡਵਾਈਜ਼ਰਾਂ ਦੀ, ਫੌਜ ਦੀ, ਮੁੱਖ ਮੰਤਰੀ ਜਿਹੜੇ ਚਹੇਤੇ ਲਾਏ ਨੇ, ਤਾਂ ਮੇਰਾ ਖਿਆਲ ਆ ਕਿ 1 ਸਾਲ ਦਾ ਘੱਟੋ ਘੱਟ 20-25 ਕਰੋੜ ਰੁਪਈਆ ਉਹਨਾਂ ਐਡਵਾਈਜ਼ਰਾਂ 'ਤੇ ਖਰਚ। 10 ਲੱਖ ਰੁਪਈਆ ਬਚਾਉਣ ਵਾਸਤੇ ਬਿੱਲ ਸਾਲ ਦਾ ਅਤੇ 25 ਕਰੋੜ ਰੁਪਈਆ ਲੁਟਾਉਣ ਵਾਸਤੇ ਅੱਖਾਂ ਬੰਦ ਕਾਂਗਰਸ ਸਰਕਾਰ ਦੀਆਂ। ਇਸ ਲਈ ਮੈਂ ਅੱਜ ਉੱਥੋਂ ਸਦਨ 'ਚੋਂ ਵਾਕਆਊਟ ਕਰਕੇ ਆਇਆ ਵਾਂ। ਮੈਂ ਇਹ ਵੀ ਕਹਿ ਕੇ ਆਇਆ ਚੀਫ ਮਿਨਿਸਟਰ ਸਾਹਿਬ ਨੂੰ ਕਿ ਜੇ ਤੁਸੀਂ ਚਾਹੁਣ, ਜੇ ਵਾਕਈ ਤੁਹਾਡੇ ਐਡਵਾਈਜ਼ਰ ਅਤੇ OSD ਜਿਹਨਾਂ ਨੇ ਕੋਈ ਕੰਮ ਨਹੀਂ ਕੀਤਾ ਪਿਛਲੇ ਦੇਰ ਦੇ, ਮੈਨੂੰ ਦੱਸ ਦਿਓ ਤੁਸੀਂ ਕਿਸੇ ਐਡਵਾਈਜ਼ਰ ਦੀ ਕਿੱਥੇ ਸਰਕਾਰ ਨੇ ਐਡਵਾਈਸ ਦਾ ਕੋਟ ਕੀਤਾ ਵਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਉਹ ਵਾਕਈ ਚਹੇਤੇ ਨੇ ਅਤੇ ਉਹਨਾਂ ਨੂੰ ਕੋਈ ਫ੍ਰੀ ਸੇਵਾ ਕਰਨ ਪੰਜਾਬ ਦੀ, ਅੱਜ ਕਿਸਾਨਾਂ ਦੀ ਆਤਮਹੱਤਿਆ ਦੀ ਰਿਪੋਰਟ ਆਈ ਆ, ਅਖੀਰਲੇ ਦਿਨ ਜਾਣ ਕੇ ਪੇਸ਼ ਕੀਤੀ ਤਾਂ ਕਿ ਤਬੈਸੀ ਨਾ ਹੋ ਸਕੇ। ਜਸਟਿਸ ਨਾਰੰਗ ਜਿਹੜਾ ਕਿ 9 ਮਹੀਨੇ ਪਹਿਲਾਂ ਰਿਪੋਰਟ ਦੇ ਚੁੱਕਾ, ਉਹਦੀ ਰਿਪੋਰਟ ਅੱਜ ਟੇਬਲ ਕੀਤੀ ਅਖੀਰਲੇ ਦਿਨ, ਤਾਂ ਕਿ ਉੱਥੇ ਬਹਿਸ ਨਾ ਹੋ ਸਕੇ। ਜਿਹੜੀ ਸਰਕਾਰ
ਕਿਸਾਨ ਖੁਦਕੁਸ਼ੀਆਂ ਨੂੰ ਸੀਰੀਅਸਲੀ ਨਹੀਂ ਲੈਂਦੀ, ਡਿਸਕਸ ਨਹੀਂ ਹੋਣ ਦਿੰਦੀ। ਜਿਹੜੀ ਸਰਕਾਰ ਕਰਪਸ਼ਨ ਦੇ ਉੱਤੇ ਐਕਸ਼ਨ ਲੈਣ ਲਈ ਤਿਆਰ ਨਹੀਂ, ਮੈਂ ਸਮਝਦਾ ਉਹ ਨਾ ਅਹਿਲ ਨਾ ਕਾਬਲ ਔਰ ਟੋਟਲ ਫਲੋਪ ਤੇ ਫੇਲ ਸਰਕਾਰ ਗਿਣਦੇ ਅਸੀਂ। ਉਧਰ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਆਖਰੀ ਦਿਨ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੰਜਾਬ ਦੇ ਵਿੱਤ ਮੰਤਰੀ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਰਮਿਆਨ ਤਿੱਖੇ ਸ਼ਬਦੀ ਹਮਲੇ ਹੋਣ ਲੱਗੇ, ਜਿੱਥੇ ਮਜੀਠੀਆ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਖਰੀਆਂ ਖੋਟੀਆਂ ਸੁਣਾਈਆਂ, ਉੱਥੇ ਹੀ ਮਨਪ੍ਰੀਤ ਨੂੰ ਵੀ ਤਾਅ ਚੜਿਆ, ਜਿਸ ਕਾਰਨ ਉਹਨਾਂ ਨੇ ਬਾਦਲ ਪਰਿਵਾਰ ਦੇ ਦੱਬੇ ਹੋਏ ਰਾਜ ਖੋਲ੍ਹਣ 'ਚ ਜ਼ਰਾ ਵੀ ਝਿਜਕਣਾ ਕੀਤੀ ਅਤੇ ਬਾਦਲ ਪਰਿਵਾਰ ਨੂੰ ਸਭ ਅਗਲੀਆਂ ਪਿਛਲੀਆਂ ਸੁਣਾ ਦਿੱਤੀਆਂ। ਸੋ ਸਵਾਲ ਜਿਹੜਾ ਅੱਜ ਮਨਪ੍ਰੀਤ ਦਾ ਅਤੇ ਸੁਖਬੀਰ ਦਾ ਜਾਂ ਮਜੀਠੀਏ ਦਾ ਇਹ ਨਹੀਂ ਕਿ ਮੈਂ ਕੋਈ ਬਜਟ ਦੇ ਵਿੱਚ ਕੋਈ ਤਖਮੀਨੇ ਗਲਤ ਲਾਏ ਹੈ ਜਾਂ ਬਲ ਬਜਟ ਦੇ ਵਿੱਚ ਕੋਈ ਗਲਤ ਬਿਆਨਾਤ ਹੈ। ਸਵਾਲ ਤਾਂ ਸਿਰਫ ਉਹਨਾਂ ਨੂੰ ਹੈ ਕਿ ਉਹਨਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਮਨਪ੍ਰੀਤ ਖਜ਼ਾਨੇ ਦਾ ਮੰਤਰੀ ਕਿਉਂ ਬਣ ਗਿਆ। ਕੱਲ੍ਹ ਵੀ ਡਿਪਟੀ ਸੀ ਐਮ ਜਿਹੜੇ ਸਾਬਕ ਰਹਿ ਚੁੱਕੇ ਆ, ਮੈਂ ਤਾਂ ਉਹਨਾਂ ਨੂੰ ਅੱਜ ਕੱਲ੍ਹ ਐਮ ਐਲ ਏ ਜਲਾਲਾਬਾਦ ਹੀ ਕਹਿੰਦਾ ਹੈ, ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਐਮ ਐਲ ਏ ਇਸ ਕਰਕੇ ਬਣਾ ਤਾ ਕਿਉਂਕਿ ਇਹ ਸਾਡਾ ਭਾਈ ਸੀਗਾ। ਮੈਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੈ ਕਿ ਅੱਜ ਜਿਹੜੀ ਸਦਨ ਦੇ ਵਿੱਚ ਜਿਹੜੀ ਬਹਿਸ ਹੈ ਉਹਦਾ ਮਿਆਰ ਜਿਹੜਾ ਉਹ ਇੱਕ ਹੱਦ ਤੋਂ ਥੱਲੇ ਚਲਾ ਗਿਆ। ਔਰ ਮਜਬੂਰਨ ਮੈਨੂੰ ਫਿਰ ਮਜੀਠੀਆ ਸਾਹਿਬ ਨੂੰ ਅਤੇ ਅਕਾਲੀ ਦਲ ਦੇ ਜਿਹੜੇ ਤਮਾਮ ਮੈਂਬਰਾਂ ਹੈ ਉਹਨਾਂ ਨੂੰ ਫਿਰ ਉਹ ਗੱਲਾਂ ਯਾਦ ਕਰਾਉਣੀਆਂ ਪਈਆਂ। ਔਰ ਮੈਂ ਸਮਝਦਾ ਹੈ ਕਿ ਇਸ ਕਿਸਮ ਦੀਆਂ ਗੱਲਾਂ ਕਿ ਸ਼ਾਇਦ ਜੇ ਮੈਂ ਮੰਦਰ ਆਪ 'ਤੇ ਇਹਨਾਂ ਨੂੰ ਲੈ ਕੇ ਆਵਾਂ ਤਾਂ ਉਹਨਾਂ ਨੂੰ ਮੂੰਹ ਛੁਪਾਉਣ ਵਾਸਤੇ ਵੀ ਜਗ੍ਹਾ ਨਹੀਂ ਮਿਲੀ। ਜੋ ਔਰ ਇੱਕ ਸਾਡੇ ਪੰਜਾਬੀ 'ਚ ਕਹਾਵਤ ਹੁੰਦੀ ਹੈ ਕਿ ਜਿਹੜਾ ਘਰ ਦਾ ਭੇਤੀ ਹੈ ਉਹ ਲੰਕਾ ਢਾ ਦਿੰਦਾ। ਸੋ ਮੈਂ ਇਹ ਵੀ ਕਹਿੰਦਾ ਕਿ ਮਨਪ੍ਰੀਤ ਜਿਹੜਾ ਇਹ ਲੰਕਾ ਨੂੰ ਢਾ ਸਕਦਾ, ਪਰ ਮੈਂ ਇਹ ਵੀ ਬਾਦਲ ਸਾਹਿਬ ਦਾ ਇਤਰਾਮ ਕਰਨਾ ਔਰ ਮੈਂ ਉਸ ਹੱਦ ਤੱਕ ਨਹੀਂ ਜਾਣਾ ਚਾਹੁੰਦਾ। ਪਰ ਜੇ ਜ਼ਰੂਰਤ ਪਈ ਔਰ ਹੱਦ ਤੋਂ ਵੱਧ ਵਧੇ ਤਾਂ ਫਿਰ ਮੇਰੇ ਕੋਲ ਬੜੇ ਇਨਕਸ਼ਾਫ ਹੈ ਜਿਹੜੇ ਕਿ ਮੈਂ ਆਉਣ ਵਾਲੇ ਦਿਨਾਂ 'ਚ ਕਰਾਂਗਾ। ਥੈਂਕ ਯੂ। ਭਾਰੀ ਹੰਗਾਮੇ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਸਮਾਪਤ ਹੋ ਗਿਆ। ਬਜਟ ਸੈਸ਼ਨ ਸਮਾਪਤ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਬਜਟ ਸੈਸ਼ਨ ਦੀ ਪੂਰੀ ਕਾਰਵਾਈ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਬਜਟ ਸੈਸ਼ਨ ਦੇ ਵਿੱਚ ਕਈ ਅਹਿਮ ਮੁੱਦਿਆਂ ਨੂੰ ਪਾਸ ਕੀਤਾ ਗਿਆ ਅਤੇ ਕਈ ਮਤੇ ਵੀ ਸਰਬਸੰਮਤੀ ਦੇ ਨਾਲ ਪਾਸ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਹੋਰ ਮੁੱਦਿਆਂ ਦੇ ਉੱਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜਿਹੜੀ ਅੱਜ ਗੱਲ ਹੋਈ ਸੀ ਹਾਊਸ 'ਚ ਕਿ ਸਵੇਰ ਤੋਂ ਜ਼ੀ ਟੈਲੀਵਿਜ਼ਨ ਪੰਜਾਬੀ ਬੰਦ ਕੀਤੀ ਗਈ ਹੈ, ਇਟ ਵਿਲ ਨੋਟ ਬੀ ਕਲੋਜ਼ ਓਪਨ, ਔਰ ਅਸੀਂ ਜਿਹਨੇ ਕੀਤੀ ਹੈ ਉਹਦੇ ਸਖ਼ਤ ਕਾਰਵਾਈ ਕਰਾਂਗੇ। ਵੀ ਹੈਵ ਡਨ ਇਟ, ਕਈ ਚੀਜ਼ਾਂ ਅਸੀਂ ਕੀਤੀਆਂ ਨੇ, ਕਈ ਬਿਲਸ ਅਨਔਥਰਾਈਜ਼ ਕਾਲੋਨੀਜ਼ ਹੈ, ਪੁਲਿਸ ਰਿਫੋਰਮਸ ਹੈ, ਕਈ ਚੀਜ਼ਾਂ ਨੇ। ਹਰ ਵੇਲੇ ਨੈਗੇਟਿਵ ਹੀ ਹੁੰਦੇ ਨੇ, ਆਪਣੀ ਬਹਿਸ ਕਰਨ ਬਹਿਸ ਹੈ। ਉਧਰ ਕਾਂਗਰਸੀ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੋਟੋ ਦੇ ਉੱਤੇ ਦਿੱਤੀ ਗਈ ਪ੍ਰਤੀਕਿਰਿਆ ਦੇ ਉੱਤੇ ਪਲਟਵਾਰ ਕੀਤਾ। ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਇੱਕ ਅਜਿਹੇ ਨੇਤਾ ਹਨ ਜੋ ਹਰ ਇੱਕ ਚੀਜ਼ ਦੇ ਉੱਤੇ ਸਿਆਸਤ ਕਰਨਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਜਿਸ ਨੇਤਾ ਨੂੰ ਕੋਈ ਵੀ ਕੰਮ ਨਹੀਂ ਹੁੰਦਾ ਹੈ ਉਹ ਸਿਆਸਤ ਵਿੱਚ ਆ ਜਾਂਦਾ ਹੈ, ਅਤੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇਤਾਵਾਂ ਦੇ ਵਿੱਚੋਂ ਇੱਕ ਹਨ। ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਉਹਨਾਂ ਮੁੱਦਿਆਂ ਦੇ ਉੱਤੇ ਬੋਲਦੇ ਹਨ ਜਿਨ੍ਹਾਂ ਮੁੱਦਿਆਂ ਦੇ ਉੱਤੇ ਕੋਈ ਵੀ ਗੱਲ ਕਰਨੀ ਪਸੰਦ ਨਹੀਂ ਕਰਦਾ।
ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀ ਫੋਟੋ ਵਿਧਾਨ ਸਭਾ ਵਿੱਚ ਲੱਗੀ ਹੈ ਅਤੇ ਇਸ ਦਾ ਉਦਘਾਟਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਇਸ ਤਸਵੀਰ ਦਾ ਉਦਘਾਟਨ ਕਰਕੇ ਦੇਸ਼ ਵਾਸੀਆਂ ਨੂੰ ਪ੍ਰੇਮ ਦਾ ਸੁਨੇਹਾ ਦਿੱਤਾ ਹੈ। ਉੱਥੇ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਈ ਹੋਰ ਮੁੱਦਿਆਂ ਦੇ ਉੱਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹਰ ਚੀਜ਼ ਮੇਂ ਸਿਆਸਤ ਕਰਨਾ ਕਈ ਲੋਕਾਂ ਦਾ ਪੇਸ਼ਾ ਬਣ ਗਿਆ ਹੈ। ਜਿਨਕੋ ਕੋਈ ਕਾਮ ਨਹੀਂ ਵੋ ਸਿਆਸਤ ਕਰਦੇ ਹੈ। ਕਹਿੰਦੇ ਨੇ ਜਿਨਕਾ ਕੋਈ ਗੋਤਰ ਨਹੀਂ ਉਹਦਾ ਕਛਲ ਗੋਤਰ। ਅਗਰ ਕਿਸੇ ਇਸ਼ੂ ਤੇ ਕੋਈ ਨਾ ਬੋਲੇ ਤੇ ਸੁਖਪਾਲ ਖਹਿਰਾ ਬੋਲ ਪੈਂਦਾ। ਇਸ ਲਈ ਮੈਂ ਇਹ ਗੱਲ ਕਹਿ ਰਿਹਾ ਬਈ ਇਹ ਕੋਮਨ ਪ੍ਰੋਗਰਾਮ ਹੈ, ਇਹ ਪੂਰੇ ਪੰਜਾਬ ਦਾ ਪ੍ਰੋਗਰਾਮ ਹੈ, ਇਹ ਸ਼ਰਧਾ ਦਾ ਪ੍ਰੋਗਰਾਮ ਹੈ, ਇਹ ਦੇਸ਼ ਭਗਤੀ ਦਾ ਪ੍ਰੋਗਰਾਮ ਹੈ। ਅੱਜ ਮੁੱਖ ਮੰਤਰੀ ਜੀ ਨੇ ਇਹ ਇਨੋਗਰੇਸ਼ਨ ਕਰਕੇ ਸਾਡੇ ਸਾਰਿਆਂ ਨੂੰ ਇੱਕ ਸਬਕ ਦਿੱਤਾ ਹੈ, ਦੇਸ਼ ਪ੍ਰੇਮ ਦਾ ਇੱਕ ਨਾਰਾ ਦਿੱਤਾ। ਦੇਖੋ ਮੈਂ ਇਹ ਸਮਝਦਾ ਕਿ ਮੀਡੀਆ ਨੂੰ ਬਿਲਕੁਲ ਕਵਰੇਜ ਕਰਨ ਦੇਣੀ ਚਾਹੀਦੀ ਸੀ ਔਰ ਮੀਡੀਆ ਨੂੰ ਨਹੀਂ ਰੋਕਿਆ ਜਾ ਸਕਦਾ, ਕਿਉਂਕਿ ਇਹ ਤੇ ਸਾਡੀ ਜਿਹੜੀ ਤੀਸਰੀ ਅੱਖ ਹੈ ਆਈਨੇ ਦੀ, ਸਮਾਜ ਦੀ, ਉਹ ਇਹ ਮੀਡੀਆ ਹੈਗਾ ਔਰ ਮੈਂ ਸਮਝਦਾ ਕਿ ਇਹ ਮੀਡੀਆ ਦੇ ਨਾਲ ਇੱਦਾਂ ਨਹੀਂ ਹੋਣਾ ਚਾਹੀਦਾ। ਉਧਰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ 'ਤੇ ਲਿਆ। ਚਰਨਜੀਤ ਸਿੰਘ ਚੰਨੀ ਨੇ ਅੱਜ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵਾਂਗ ਲੋਕਾਂ ਦੇ ਨਾਲ ਝੂਠ ਬੋਲੇ ਅਤੇ ਧੋਖਾ ਕਰੇ। ਉਹਨਾਂ ਨੇ ਕਿਹਾ ਕਿ ਅਜਿਹਾ ਕਿਸੇ ਵੀ ਕੀਮਤ ਉੱਤੇ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਲਈ ਪੰਜਾਬ ਸਰਕਾਰ ਹਰ ਇੱਕ ਉਚਿਤ ਕਦਮ ਚੁੱਕੇਗੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸਦਨ ਦੇ ਵਿੱਚ ਬਜਟ ਦੇ ਉੱਤੇ ਚਰਚਾ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਵਾਰ ਵਾਰ ਇਸ ਗੱਲ ਦੇ ਉੱਤੇ ਢੰਡੋਰਾ ਪਿੱਟ ਰਹੀ ਹੈ ਕਿ ਖਜ਼ਾਨਾ ਖਾਲੀ ਹੈ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਦਿੱਤੇ ਜਾ ਰਹੇ ਅਜਿਹੇ ਬਿਆਨਾਂ ਦਾ ਪੰਜਾਬ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੇ ਉੱਤੇ ਮਾੜਾ ਅਸਰ ਹੋ ਸਕਦਾ ਹੈ ਅਤੇ ਉਹ ਨਿਵੇਸ਼ਕ ਪੰਜਾਬ ਵਿੱਚ ਨਿਵੇਸ਼ ਕਰਨ ਤੋਂ ਗੁਰੇਜ਼ ਕਰਨਗੇ, ਜਿਸਦਾ ਖਾਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵਾਂਗੂ ਲੋਕਾਂ ਦੇ ਨਾਲ ਝੂਠ ਬੋਲ ਕੇ ਲੋਕਾਂ ਦੇ ਨਾਲ ਧੋਖਾ ਕਰੇ, ਜਦਕਿ ਕਾਂਗਰਸ ਸਰਕਾਰ ਲੋਕਾਂ ਦੇ ਹਿੱਤਾਂ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਦੇ ਵਿੱਚ ਸੁਖਬੀਰ ਬਾਦਲ ਜੀ ਨੇ ਬਜਟ ਤੇ ਭਾਸ਼ਣ ਦਿੱਤਾ, ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਸਰਕਾਰ ਨੂੰ ਇਹ ਸੱਚ ਨਹੀਂ ਬੋਲਣਾ ਚਾਹੀਦਾ ਕਿ ਜੀ ਸਰਕਾਰ ਦਾ ਖਜ਼ਾਨਾ ਖਾਲੀ ਹੈ, ਇਹਦੇ ਨਾਲ ਬਾਹਰਲੇ ਸੂਬਿਆਂ ਚੋਂ ਇੱਥੇ ਇਨਵੈਸਟਰ ਨਹੀਂ ਆਉਣਗੇ। ਸਰਕਾਰ ਨੂੰ ਅਸਲੀ ਚਿਹਰਾ ਨਹੀਂ ਦਿਖਾਉਣਾ ਚਾਹੀਦਾ, ਇਹਦੇ ਨਾਲ ਬਦਨਾਮੀ ਹੁੰਦੀ ਹੈ, ਜਿਹਦੇ ਨਾਲ ਇਨਵੈਸਟਰ ਨਹੀਂ ਆਉਣਗੇ। ਮੈਂ ਉਹਨਾਂ ਨੂੰ ਕਿਹਾ ਬਾਅਦ ਦੇ ਵਿੱਚ ਕਿ ਅਸੀਂ ਝੂਠ ਬੋਲ ਕੇ ਇਨਵੈਸਟਰ ਨਹੀਂ ਲਿਆਉਣਾ ਚਾਹੁੰਦੇ, ਤੁਸੀਂ ਸਾਨੂੰ ਝੂਠ ਬੋਲਣਾ ਨਾ ਸਿਖਾਓ। ਤੁਸੀਂ ਤਾਂ ਸਿੱਖ ਕੌਮ ਦੇ ਨਾਲ ਵੀ ਝੂਠ ਬੋਲਿਆ ਹੈ। ਅਨੰਦਪੁਰ ਸਾਹਿਬ 'ਚ ਤੁਸੀਂ ਐਲਾਨ ਕੀਤਾ ਕਿ ਮੈਂ ਅੰਮ੍ਰਿਤ ਛਕ ਲਿਆ, ਲੇਕਿਨ ਤੁਸੀਂ ਸਿੱਖ ਕੌਮ ਦੇ ਸਿਰਮੌਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਕੇ ਵੀ ਅੰਮ੍ਰਿਤ ਨਹੀਂ ਛਕਿਆ ਹੋਇਆ। ਜੇ ਤੁਸੀਂ ਅੰਮ੍ਰਿਤ ਛਕਿਆ ਹੋਇਆ, ਉਹਦੇ ਵਾਸਤੇ ਕਿਸੇ ਹੋਰ ਪ੍ਰਮਾਣ ਦੀ ਜ਼ਰੂਰਤ ਨਹੀਂ। ਤੁਸੀਂ ਖੜੇ ਹੋ ਕੇ ਆਪਣੀ ਗਾਤਰਾ ਤੇ ਕਿਰਪਾਨ ਸਾਨੂੰ ਦਿਖਾ ਦਿਓ। ਸਾਰੀ ਕੌਮ ਤੇ ਅਸੀਂ ਮੰਨ ਲਾਂਗੇ ਕਿ ਤੁਸੀਂ ਅੰਮ੍ਰਿਤ ਛਕਿਆ ਹੋਇਆ। ਇਸ ਤੇ ਉਹ ਦਿਖਾ ਨਹੀਂ ਸਕੇ ਆਪਣੀ ਕਿਰਪਾਨ, ਕਿਉਂਕਿ ਉਹਨਾਂ ਨੇ ਅੰਮ੍ਰਿਤ ਛਕਿਆ ਨਹੀਂ ਹੋਇਆ। ਬਹੁਤ ਸਾਰੇ ਸਾਥੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ, ਆਪਣੀਆਂ ਉਹਨਾਂ ਨੇ ਕਿਰਪਾਨਾਂ ਦਿਖਾਈਆਂ, ਲੇਕਿਨ ਸੁਖਬੀਰ ਬਾਦਲ ਨੇ ਨਹੀਂ ਦਿਖਾ ਸਕੇ ਕਿਉਂਕਿ ਉਹਨਾਂ ਨੇ ਪਾਈ ਨਹੀਂ ਸੀ ਹੋਈ। ਸੋ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਲੰਬਾ ਇਤਿਹਾਸ ਹੈ। ਅੱਜ ਤੱਕ ਕੋਈ ਵੀ ਐਸਾ ਪ੍ਰਧਾਨ ਨਹੀਂ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਜਿਹਨੇ ਪੂਰਨ ਰੂਪ ਦੇ ਵਿੱਚ ਸਿੱਖ ਨਾ ਹੋਵੇ, ਜਿਹਨੇ ਅੰਮ੍ਰਿਤ ਨਾ ਛਕਿਆ ਹੋਵੇ। ਲੇਕਿਨ ਤੁਸੀਂ ਐਸੇ ਪਹਿਲੇ ਪ੍ਰਧਾਨ ਹੋ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ। ਇਸ ਲਈ ਮੈਂ ਅਕਾਲੀ ਦਲ ਦੇ ਇਸ ਪ੍ਰਧਾਨ ਦੇ ਖਿਲਾਫ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦਾ ਕਿ ਇਹ ਪੂਰਨ ਸਿੱਖ ਨਹੀਂ ਹੈ ਬੰਦਾ, ਸ਼੍ਰੋਮਣੀ ਅਕਾਲੀ ਦਲ ਦਾ ਇਹ ਪ੍ਰਧਾਨ ਨਹੀਂ ਬਣ ਸਕਦਾ। ਇਸ ਲਈ ਇਸ ਨੂੰ ਤੁਰੰਤ ਅਕਾਲ ਤਖਤ ਤੇ ਤਲਬ ਕੀਤਾ ਜਾਵੇ ਅਤੇ ਤਨਖਾਹੀਆ ਡਿਕਲੇਅਰ ਕੀਤਾ ਜਾਵੇ ਅਤੇ ਇਸ ਨੂੰ ਹਦਾਇਤ ਕੀਤੀ ਜਾਵੇ ਕਿ ਇਹ ਤੁਰੰਤ ਅੰਮ੍ਰਿਤ ਛਕੇ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਤੋਂ ਬਾਅਦ ਹੁਣ ਬਿਕਰਮ ਸਿੰਘ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਖਾਸ ਮੁੱਦਿਆਂ ਤੋਂ ਭਟਕ ਚੁੱਕੇ ਹਨ ਅਤੇ ਅਜਿਹੇ ਮੁੱਦਿਆਂ ਦੇ ਉੱਤੇ ਪ੍ਰਤੀਕਿਰਿਆ ਦੇ ਰਹੇ ਹਨ ਜਿਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਅਤੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਤੋਂ ਭੱਜ ਕੇ ਇਹ ਸਾਬਤ ਕਰ ਰਹੀ ਹੈ ਕਿ ਕਾਂਗਰਸ ਸਰਕਾਰ ਲੋਕਾਂ ਦੀ ਹਿਤੈਸ਼ੀ ਨਹੀਂ ਹੈ। ਉੱਥੇ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਨਿਸ਼ਾਨੇ 'ਤੇ ਲਿਆ। ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਨੇ ਕਈ ਹੋਰ ਮੁੱਦਿਆਂ ਦੇ ਉੱਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਖਜ਼ਾਨਾ ਮੰਤਰੀ ਸਾਹਿਬ ਨੇ 2007 'ਚ ਮੈਨੀਫੈਸਟੋ ਬਣਾਇਆ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ, 2012 'ਚ ਉਹਨਾਂ ਨੇ ਬਣਾ ਤਾ PPP ਦਾ, 2017 'ਚ ਉਹਨਾਂ ਨੇ ਬਣਾ ਤਾ ਕਾਂਗਰਸ ਪਾਰਟੀ ਦਾ, ਹੁਣ 2022 'ਚ ਪਤਾ ਨਹੀਂ ਉਹ ਬਸਪਾ ਦਾ ਬਣਾ ਦੇਣ ਕਿੰਨਾ ਕਾਮਰੇਡਾਂ ਦਾ ਬਣਾ ਦੇਣ। ਮੈਂ ਤਾਂ ਕਾਂਗਰਸੀਆਂ ਨੂੰ ਇੰਨੀ ਗੱਲ ਸਮਝਾਉਂਦਾ ਸੀ, ਮੈਂ ਕਿਹਾ ਐਵੇਂ ਤੁਸੀਂ ਤਾਂ ਜਾਲ 'ਚ ਫਸ ਗਏ ਹੋ, ਜਿਹਨੇ ਤੁਹਾਡਾ ਬਜੇ ਇਹ ਮੈਨੀਫੈਸਟੋ ਬਣਾਇਆ ਜਿਹਦੇ ਚੱਕਰ 'ਚ ਅੱਜ ਤੁਸੀਂ ਫਸੇ ਫਿਰਦੇ ਹੋ, ਉਹਨਾਂ ਦਾ ਤਾਂ ਆਪਦਾ ਭਰੋਸਾ ਨਹੀਂ ਕਿ ਗਾਂਹ ਉਹਨਾਂ ਨੇ ਹੋਣਾ ਬਣਾਉਣ ਵੇਲੇ ਇਹ ਲਾਗੂ ਕਰਨ ਵੇਲੇ ਕਿ ਨਹੀਂ ਹੋਣਾ। ਚੰਨੀ ਜੀ ਆਪ ਗੁਰੂ ਦੇ ਸਿੱਖ ਹੈ ਪੂਰਨ, ਆਪ ਤਾਂ ਸਾਰਾ ਕੁਛ ਹੀ ਪਤਿਤ ਪੁਨੇ 'ਚ ਬਹੁਤ ਮਾਹਿਰ ਨੇ, ਅਤੇ ਉਹ ਕਾਂਗਰਸ ਹੁਣ ਗੱਲ ਕਰੂਗੀ ਗੁਰਸਿੱਖੀ ਦੀ, ਜਿਨ੍ਹਾਂ ਨੇ ਅੱਜ ਤੱਕ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਜੱਫੀਆਂ ਪਾ ਕੇ ਬੈਠੇ, ਜਿਹੜੇ ਏਡੇ ਵੱਡੇ ਸਿੱਖਾਂ ਦੇ ਨਸ਼ਲ ਕੁਸ਼ੀ ਲਈ ਜ਼ਿੰਮੇਵਾਰ ਹੈ, ਅੱਜ ਉਹ ਗੱਲ ਕਰਨਗੇ ਇਹਦੀ ਚੰਨੀ ਸਾਹਿਬ ਵਰਗੇ, ਜਿਨ੍ਹਾਂ ਦੀ ਪਾਰਟੀ 84 ਦੇ ਦੰਗੇ ਲਈ ਜ਼ਿੰਮੇਵਾਰ ਹੈ, ਸ਼੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਲਈ ਜ਼ਿੰਮੇਵਾਰ ਹੈ। ਮੈਨੂੰ ਤਾਂ ਹਾਸਾ ਆਉਂਦਾ ਕਿ ਇਹੋ ਜਿਹੇ ਲੋਕ ਵੀ ਕੀ ਅੱਜ ਗੁਰਸਿੱਖੀ ਦੀ ਗੱਲ ਕਰ ਸਕਦੇ। ਜਿਹੜਾ ਨਵਜੋਤ ਸਿੱਧੂ ਅੱਜ ਚਾਈਨੀਜ਼ ਭਾਸ਼ਾ 'ਚ ਬਹੁਤ ਕੁਛ ਬੁੜਕਰੇ ਸੀ, ਉਹਨਾਂ ਦਾ ਵੀ ਕੇਸ ਸੁਪਰੀਮ ਕੋਰਟ 'ਚ ਡੇ ਟੂ ਡੇ ਹੇਅਰਿੰਗ 'ਤੇ ਚੱਲ ਰਿਹਾ। ਕੀ ਇਹ ਸ਼ੋਭਾ ਦਿੰਦਾ ਕਿ ਜਿਨ੍ਹਾਂ ਦੇ ਆਪ ਦੇ ਕੇਸ ਹਾਈ ਕੋਰਟ ਅਤੇ ਸੁਪਰੀਮ ਕੋਰਟ 'ਚ ਚੱਲਦੇ ਹੋਣ, ਉੱਚਲੀਆਂ ਅਦਾਲਤ ਤੋਂ ਵੀ ਉੱਚਲੀ ਅਦਾਲਤ 'ਚ ਚੱਲਦੇ ਹੋਣ, ਉਹ ਹਰੇਕ ਦੇ ਕੇਸ 'ਤੇ ਟਿੱਪਣੀ ਕਰਨਗੇ? ਮੈਂ ਕਿਹਾ ਜੇ ਦਿੰਦਾ ਤਾਂ ਫਿਰ ਸਭ ਦੀ ਟਿੱਪਣੀ ਕਰਾ ਲਓ, ਨਹੀਂ ਤਾਂ ਇਨਕੁਆਇਰੀ ਕਰਾ ਲਓ ਕਿ ਇਹ ਕੌਣ ਰਲੀ ਮਿਲੀ ਸਾਜਿਸ਼ ਰਚ ਰਿਹਾ। ਤਿੰਨੇ ਸਿੱਧੂ, ਮਿਸਟਰ ਬੰਟੀ ਬਬਲੀ, ਮਿਸਟਰ ਐਂਡ ਮਿਸਿਸ ਸਿੱਧੂ, ਅਤੇ ਨਾਲ ਉਹ ਹਰਪ੍ਰੀਤ ਸਿੱਧੂ, ਜਿਨ੍ਹਾਂ ਦਾ ਕੋਈ ਕੰਮ ਨਹੀਂ ਸਿਆਸੀ ਰੋਟੀ ਸੇਕਣ ਦਾ ਕੰਮ ਹੈ, ਅਤੇ ਉਹਨਾਂ ਨੂੰ ਐਕਸਪੋਜ਼ ਕਰਨਾ ਮੇਰਾ ਕੰਮ ਹੈ। ਹਾਈ ਕੋਰਟ ਦੇ ਫੈਸਲੇ ਨੇ, ਮੈਂ ਤਾਂ ਠੋਕ ਕੇ ਇਸ ਗੱਲ ਦੀ ਪੈਰਵਾਈ ਕਰਦਾ ਰਹੂੰਗਾ, ਝੂਠ ਨੂੰ ਸਾਹਮਣੇ ਲਿਆ ਕੇ ਲੋਕਾਂ ਦੇ ਰੱਖਦਾ ਰਹੂੰਗਾ। ਵਿਧਾਨ ਸਭਾ ਬਜਟ ਸੈਸ਼ਨ ਦੇ ਆਖਰੀ ਦਿਨ ਅੱਜ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਦਰਮਿਆਨ ਤਿੱਖੀ ਬਹਿਸ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਸਦਨ ਤੋਂ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਤਿਆਰ ਕੀਤਾ ਗਿਆ ਬਜਟ ਇੱਕ ਝੂਠ ਦਾ ਪੁਲੰਦਾ ਹੈ। ਉਹਨਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਦੇ ਨਾਲ ਝੂਠ ਦਾ ਪੁਲੰਦਾ ਪੇਸ਼ ਕਰਕੇ ਇੱਕ ਵੱਡਾ ਧੋਖਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਅਹਿਮ ਮੁੱਦਿਆਂ ਤੋਂ ਭਟਕ ਚੁੱਕੇ ਹਨ ਅਤੇ ਲੋਕਾਂ ਦੇ ਨਾਲ ਲਗਾਤਾਰ ਧੋਖਾ ਕਰ ਰਹੇ ਹਨ। ਅੱਜ ਮਨਪ੍ਰੀਤ ਬਾਦਲ ਆਪ ਭੱਜਿਆ ਰਿਪਲਾਈ 'ਚ, ਇਹਨੇ ਸਾਨੂੰ ਚੈਲੰਜ ਕੀਤਾ ਸੀ ਕਿ ਜੇ ਤੁਸੀਂ ਮਰਦ ਹੋ ਤਾਂ ਅਸੀਂ ਵੇਟ ਕਰੋ, ਅਸੀਂ ਸਾਰਾ ਉੱਥੇ ਵੇਟ ਕਰਦੇ ਰਹੇ ਅਤੇ ਹੁਣ ਆਪ ਭੱਜ ਗਿਆ, ਡਰਦਾ ਭੱਜ ਗਿਆ। ਆ ਬਜਟ ਨਹੀਂ ਆ, ਆ ਝੂਠ ਦਾ ਪਲੰਦਾ, ਇਹਦੇ 'ਚ ਸਾਰੇ ਮੈਨੂਪਲੇਟ ਕੀਤੇ ਗਏ ਫੈਕਟਸ ਹੈ। ਮਤਲਬ ਜਿਹੜਾ ਫਾਈਨੈਂਸ ਮਿਨਿਸਟਰ ਜੇ ਸੂਬੇ ਦਾ ਝੂਠਾ ਹੋਏ, ਜਿਹੜਾ ਆਪਣੇ ਸਟੇਟ ਨਾਲ ਫਰੋਡ ਕਰੇ, ਇਹ ਤੋਂ ਘਟੀਆ ਇਨਸਾਨ ਕੋਈ ਨਹੀਂ ਹੋ ਸਕਦਾ। ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਅੱਜ ਆਖਰੀ ਦਿਨ ਸੀ ਅਤੇ ਅੱਜ ਪੰਜਾਬ ਵਿਧਾਨ ਸਭਾ ਦੀ ਸਬ ਕਮੇਟੀ ਵੱਲੋਂ ਕਰਜ਼ਾ ਮੁਆਫ਼ੀ ਨੂੰ ਲੈ ਕੇ ਬਣਾਈ ਗਈ ਰਿਪੋਰਟ ਵੀ ਪੇਸ਼ ਕੀਤੀ ਗਈ। ਇਸ ਦੇ ਨਾਲ ਹੀ ਨਾਰੰਗ ਕਮਿਸ਼ਨ ਦੀ ਰਿਪੋਰਟ ਵੀ ਸਦਨ ਦੇ ਵਿੱਚ ਰੱਖੀ ਗਈ। ਹਾਲਾਂਕਿ ਦੋਨੋਂ ਰਿਪੋਰਟਾਂ 'ਤੇ ਚਰਚਾ ਨਾ ਕਰਵਾਏ ਜਾਣ 'ਤੇ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਅਤੇ ਸਦਨ ਦਾ ਵਾਕਆਊਟ ਕੀਤਾ।
ਇਸ ਮੌਕੇ ਸਦਨ ਤੋਂ ਬਾਹਰ ਆ ਕੇ ਆਪ ਵਿਧਾਇਕ ਅਮਨ ਅਰੋੜਾ, ਐਚ ਐਸ ਫੂਲਕਾ ਅਤੇ ਕੰਵਰ ਸੰਧੂ ਨੇ ਕਾਂਗਰਸ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ। ਕੀ ਕਹਿਣਾ ਹੈ ਅਮਨ ਅਰੋੜਾ, ਐਚ ਐਸ ਫੂਲਕਾ ਅਤੇ ਕੰਵਰ ਸੰਧੂ ਦਾ, ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਕਿ ਅਸੀਂ ਚਾਹੁੰਦੇ ਹਾਂ ਵੀ ਇੱਕ ਦਿਨ ਦਾ ਜਾਂ ਤਾਂ ਇਸੇ ਸੈਸ਼ਨ ਨੂੰ 2 ਘੰਟਿਆਂ ਲਈ ਐਕਸਟੈਂਡ ਕੀਤਾ ਜਾਵੇ, ਨਹੀਂ ਤਾਂ 1 ਦਿਨ ਦਾ ਸਪੈਸ਼ਲ ਸੈਸ਼ਨ। 2 ਰਿਪੋਰਟਸ ਹੈ, ਜਸਟਿਸ ਜੇ ਐਸ ਨਾਰੰਗ ਰਿਪੋਰਟ ਔਰ ਜਿਹੜੀ ਸੁਸਾਈਡ ਫਾਰਮਰ ਸੁਸਾਈਡ ਹੈ, ਉਹ ਰਿਪੋਰਟਸ ਨੂੰ ਡਿਸਕਸ ਕਰਨ ਵਾਸਤੇ ਇੱਕ ਪੂਰਾ ਦਿਨ ਦਾ ਸਪੈਸ਼ਲ ਸੈਸ਼ਨ ਸੱਦਿਆ ਜਾਵੇ ਅਪ੍ਰੈਲ ਦੇ ਵਿੱਚ ਵਿੱਚ। ਅਗਲੇ ਸੈਸ਼ਨ ਤੱਕ ਵੇਟ ਨਹੀਂ ਹੋ ਸਕਦਾ, ਬੜਾ ਇੰਪੋਰਟੈਂਟ ਮਸਲਾ ਵਾ, ਹਰ ਮਹੀਨੇ 30 ਤੋਂ 50 ਸੁਸਾਈਡਸ ਹੋ ਰਹੀਆਂ ਵਾ। ਸੋ ਇਹ ਮਸਲੇ ਵਾਸਤੇ ਇਮੀਡੀਏਟਲੀ ਸੈਸ਼ਨ ਦੁਬਾਰਾ ਸੱਦਿਆ ਜਾਵੇ। ਪੰਜਾਬ ਸਰਕਾਰ ਅੱਜ RTS ਕਮਿਸ਼ਨ ਨੂੰ, ਰਾਈਟ ਟੂ ਸਰਵਿਸ ਐਕਟ ਕਮਿਸ਼ਨ ਨੂੰ ਖਤਮ ਕਰਕੇ ਅਕਾਊਂਟੇਬਿਲਿਟੀ ਐਂਡ ਰਿਸਪੋਂਸੀਬਿਲਿਟੀ ਐਕਟ ਨਵਾਂ ਲੈ ਕੇ ਆ ਰਹੀ ਹੈ, ਬਿੱਲ ਲੈ ਕੇ ਆ ਰਹੇ ਹਨ, ਟਰਾਂਸਪੇਰੈਂਸੀ ਐਕਟ। ਪਿਛਲਾ ਜਿਹੜਾ ਐਕਟ ਸੀਗਾ ਉਹਦੇ ਤਹਿਤ 351 ਸਰਵਿਸਿਜ਼ ਸੀਗੀਆਂ, ਅਤੇ ਅੱਜ ਵੀ ਮੇਰੇ ਕੋਲ RTI ਦੀ ਇਨਫੋਰਮੇਸ਼ਨ ਪਈ ਹੈ ਜਿਹਦੇ ਨਾਲ ਜਿਹੜੀਆਂ ਸਰਵਿਸਿਜ਼ ਨੇ, ਜਿਹੜੀਆਂ ਆਮ ਗਰੀਬ ਲੋਕਾਂ ਨੂੰ, ਪੈਨਸ਼ਨਰਸ ਨੂੰ, ਦਿਹਾੜੀਦਾਰਾਂ ਨੂੰ, ਜਿਹੜੇ ਸ਼ਗਨ ਸਕੀਮ ਵਾਲੇ ਨੇ, 351 ਸਰਵਿਸਿਜ਼ ਸੀਗੀਆਂ ਜਿਹੜੀਆਂ 1 ਦਿਨ ਤੋਂ ਲੈ ਕੇ 60 ਦਿਨਾਂ ਦੇ ਵਿੱਚ ਮਿਲਣੀਆਂ ਚਾਹੀਦੀਆਂ ਸੀਗੀਆਂ, ਅਤੇ 2015 ਤੋਂ ਲੈ ਕੇ ਉਹ ਲੋਕ ਵਿਚਾਰੇ ਅੱਜ ਵੀ ਦਫ਼ਤਰਾਂ ਦੇ ਵਿੱਚ ਧੱਕੇ ਖਾ ਰਹੇ ਨੇ, ਉਹਨਾਂ ਦਾ ਕੰਮ ਨਹੀਂ ਹੋ ਰਿਹਾ ਹੈਗਾ, ਉਹਨਾਂ ਦੀ ਲੁੱਟ ਹੋ ਰਹੀ ਹੈ। ਪਰ ਇਹ ਸਰਕਾਰ, ਮੇਰੇ ਕੋਲ ਸਾਰਾ ਇਹ ਰਿਕਾਰਡ ਜਿਹੜਾ RTI ਦੇ ਵਿੱਚ ਕਢਾਇਆ ਪਿਆ, ਮੈਂ ਜਦੋਂ ਬੋਲਣਾ ਚਾਹੁੰਦਾ ਸੀਗਾ, ਸੁਝਾਅ ਦੇਣਾ ਚਾਹੁੰਦਾ ਸੀਗਾ, ਅਤੇ ਉਦੋਂ ਸਪੀਕਰ ਨੇ ਸਾਡੀ ਆਵਾਜ਼ ਬੰਦ ਕਰ ਦਿੱਤੀ। ਜੇ ਹਾਊਸ ਦੇ ਵਿੱਚ MLAs ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ, ਟਰਾਂਸਪੇਰੈਂਸੀ ਨਹੀਂ ਹੈ, ਤੇ ਆਮ ਲੋਕਾਂ ਨੂੰ ਜਿਹੜੇ ਕਰਪਸ਼ਨ ਖਤਮ ਕਿਵੇਂ ਹੋਏਗੀ? ਉਧਰ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂ ਨੇ ਵੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਗੰਭੀਰ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹ ਬੜੀ ਦੁਖਦ ਘਟਨਾ ਹੈ ਕਿ ਚਰਨਜੀਤ ਸਿੰਘ ਚੰਨੀ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਚਰਚਾ ਕਰਕੇ ਉਸ ਨੂੰ ਆਪਣੀ ਰਾਜਨੀਤੀ ਦਾ ਹਿੱਸਾ ਬਣਾ ਰਹੇ ਹਨ। ਉੱਥੇ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੀ ਆ, ਅਤੇ ਪੰਜਾਬ ਦਾ ਹਰ ਵਰਗ ਅੱਜ ਸੜਕਾਂ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਦੇ ਰਿਹਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ, ਜਿਸਦਾ ਖਮਿਆਜ਼ਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪਵੇਗਾ। ਉੱਥੇ ਉਹਨਾਂ ਨੇ ਕਈ ਹੋਰ ਮੁੱਦਿਆਂ ਦੇ ਉੱਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ, ਸੋ ਇਹ ਬੜਾ ਪਵਿੱਤਰ ਅਤੇ ਪਰਸਨਲ ਮਾਮਲਾ ਹੁੰਦਾ ਹੈ, ਇਮੋਸ਼ਨਲ ਮਾਮਲਾ ਹੁੰਦਾ ਹੈ। ਇਹਦੇ ਵਿੱਚ ਚੰਨੀ ਨੇ ਜੋ ਵੀ ਇਹ ਸਵਾਲ ਕੀਤਾ ਜਾਂ ਜਿਹੜੀ ਗੱਲ ਕੀਤੀ ਹੈ, ਬੜੀ ਮੰਦਭਾਗੀ। ਦੇਖੋ, ਮੈਂ ਤਾਂ ਪਹਿਲਾਂ ਇਹ ਸਰਕਾਰ ਨੂੰ ਕਹੂੰਗਾ ਵੀ ਪਹਿਲਾਂ ਤਾਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ, ਚੰਗੀ ਕੁਆਲਿਟੀ ਐਜੂਕੇਸ਼ਨ ਦੇ ਦਿਓ। ਸਕੂਲਾਂ 'ਚ ਟੀਚਰ ਨੇ, ਆ ਪ੍ਰੀ ਪ੍ਰਾਇਮਰੀ ਨਰਸਰੀ ਕਲਾਸਿਸ ਸ਼ੁਰੂ ਕਰਤੀਆਂ ਸਰਕਾਰ ਨੇ, ਅਤੇ ਉਹਦੀ ਕੋਈ ਤਿਆਰੀ ਨਹੀਂ ਕੀਤੀ, ਟੀਚਰ ਭਰਤੀ ਨਹੀਂ ਕੀਤੇ, ਸਕੂਲਾਂ 'ਚ ਡੈਸਕ ਹੈ ਨਹੀਂ, ਸਕੂਲਾਂ 'ਚ ਕਮਰੇ ਹੈ ਨਹੀਂ, ਸਰਦੀਆਂ ਗਰਮੀਆਂ 'ਚ ਬੈਠਣ ਦੀ ਜਗ੍ਹਾ ਹੈ ਨਹੀਂ ਛੋਟੇ ਛੋਟੇ ਬੱਚਿਆਂ ਵਾਸਤੇ, ਅਤੇ ਐਲਾਨ ਕਰ ਦਿੱਤਾ ਵੀ ਅਸੀਂ ਪ੍ਰੀ ਪ੍ਰਾਇਮਰੀ ਕਲਾਸਿਸ, ਨਰਸਰੀ ਕਲਾਸਿਸ ਲਾਵਾਂਗੇ। ਸੋ ਵਿਦਾਊਟ ਪ੍ਰੈਪਰੇਸ਼ਨਸ ਕੋਈ ਕੰਮ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ। ਸਾਡੀ ਜਿਹੜੀ ਐਜੂਕੇਸ਼ਨ ਦਾ ਧਿਆਨ ਦੇਣਾ ਚਾਹੀਦਾ, ਹਾਲੇ ਠੀਕ ਹੈ, ਦੇਖੋ ਅੰਗਰੇਜ਼ੀ ਬਹੁਤ ਜ਼ਰੂਰੀ ਹੈ, ਪੰਜਾਬੀ ਤੋਂ ਬਾਅਦ ਅੰਗਰੇਜ਼ੀ ਸਾਨੂੰ ਅਡਾਪਟ ਕਰਨੀ ਚਾਹੀਦੀ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣੀ ਚਾਹੀਦੀ ਹੈ। ਹਾਲੇ ਤਾਂ ਅੰਗਰੇਜ਼ੀ ਨਹੀਂ ਆਉਂਦੀ, ਹਾਲੇ ਤਾਂ ਹੁਣ ਅੰਗਰੇਜ਼ੀ ਇੰਟਰੋਡਿਊਸ ਕੀਤੀ ਆ। ਜੇ ਅੰਗਰੇਜ਼ੀ ਸਰਕਾਰ ਨੇ ਇੰਟਰੋਡਿਊਸ ਕੀਤੀ ਆ ਤਾਂ ਮੈਂ ਸਮਝਦਾ ਉਹ ਲਈ ਟੀਚਰ ਭਰਤੀ ਕਰੇ। ਟੀਚਰ ਵਿਚਾਰੇ ਰੋਡ ਸੜਕਾਂ 'ਤੇ ਲਾਠੀਆਂ ਦਾ ਸਾਹਮਣਾ ਕਰ ਰਹੇ ਆ, ਔਰ ਉਹਨਾਂ ਨੂੰ 10-300 ਤਨਖਾਹ 'ਤੇ ਕੰਟਰੈਕਟ 'ਤੇ ਰੱਖ ਲਿਆ ਗਿਆ, ਬਹੁਤ ਮਾੜੀ ਗੱਲ ਹੈ।
ਤੇ ਗੱਲ ਕਰਦੇ ਹਾਂ ਲੁਧਿਆਣਾ ਦੀ, ਜਿੱਥੇ ਅੱਜ ਲੁਧਿਆਣਾ ਦੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਬਜਟ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਲੰਗਰ ਤੇ GST ਦੇ ਮੁੱਦੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦਾ ਲੰਗਰ ਤੋਂ GST ਹਟਾ ਦਿੱਤਾ ਹੈ ਅਤੇ ਉਹ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੀਟਿੰਗ ਕਰਕੇ ਲੰਗਰ ਤੋਂ GST ਹਟਾਉਣ ਦੀ ਮੰਗ ਕਰਨਗੇ। SGPC ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ SGPC ਵੱਲੋਂ ਧਰਮ ਪ੍ਰਚਾਰ ਲਹਿਰ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪ੍ਰਚਾਰਕਾਂ ਵੱਲੋਂ ਪਿੰਡਾਂ 'ਚ ਜਾ ਕੇ ਧਰਮ ਦਾ ਪ੍ਰਚਾਰ ਕੀਤਾ ਜਾਵੇਗਾ। ਸੋ ਲੰਗਰ ਦਾ ਦੇਖੋ, GST ਲੰਗਰ ਸਾਹਿਬ ਦਾ ਸਾਂਝਾ ਹੈ ਔਰ ਪੰਜਾਬ ਗੌਰਮੈਂਟ ਨੇ ਆਪਣਾ ਹਿੱਸਾ ਜਿਹੜਾ ਹੈ ਉਹ ਮਾਫ਼ ਕੀਤਾ ਹੈ ਔਰ ਅਸੀਂ ਭਾਰਤ ਸਰਕਾਰ ਨੂੰ ਵੀ ਚਿੱਠੀ ਵੀ ਲਿਖੀ ਹੈ, ਸਾਡੇ MP ਸਾਹਿਬ ਵੀ ਜਾ ਕੇ ਮਿਲੇ ਨੇ ਔਰ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਵੀ ਜਲਦ ਤੋਂ ਜਲਦੀ ਜਿਹੜਾ GST ਹੈ ਲੰਗਰ 'ਤੇ ਉਹਨੂੰ ਜਿਹੜਾ ਮੁਕਤ ਕੀਤਾ ਜਾਵੇ। ਹਾਂ ਜੀ, ਕੋਸ਼ਿਸ਼ ਕਰਾਂਗੇ, ਦੋ ਸਾਨੂੰ ਟਾਈਮ ਨਹੀਂ ਰਹੂਗਾ, ਅਸੀਂ ਮਿਲਾਂਗੇ ਜੇਤਲੀ ਜੀ ਨੂੰ, ਮਿਲਾਂਗੇ ਪ੍ਰਧਾਨ ਮੰਤਰੀ ਜੀ ਦਾ ਵੀ, ਕੋਸ਼ਿਸ਼ ਕਰਾਂਗੇ ਵੀ ਕਿ ਉਹਨਾਂ ਨੂੰ ਵੀ ਮਿਲ ਕੇ ਬੇਨਤੀ ਕੀਤੀ ਜਾਵੇ। ਸਾਡੀ ਧਾਰਮਿਕ ਲਹਿਰ ਜਿਹੜੀ ਹੈ ਅਸੀਂ ਆਰੰਭ ਕੀਤੀ ਹੋਈ ਹੈ ਔਰ ਜੋਨ ਬਣਾ ਕੇ ਚੱਲ ਰਹੀ ਹੈ। ਨਵੇਂ ਅਸੀਂ ਪ੍ਰਚਾਰਕ ਵੀ 100 ਪ੍ਰਚਾਰਕ ਢਾਡੀ ਅਤੇ ਰਾਗੀ ਉੱਤੇ ਰੱਖ ਰਹੇਗੇ ਅਤੇ ਹੋਰ ਇਸ ਲਹਿਰ ਨੂੰ ਤੇਜ਼ ਕਰਨ ਵਾਸਤੇ, ਪਿੰਡ ਪਿੰਡ ਪਹੁੰਚਾਉਣ ਵਾਸਤੇ, ਘਰ ਘਰ ਪਹੁੰਚਾਉਣ ਵਾਸਤੇ ਜਿਹੜੇ ਨੇ ਉਪਰਾਲੇ ਵੀ ਕੀਤੇ ਨੇ, ਅਸੀਂ ਇਹਦੇ ਪ੍ਰੋਗਰਾਮ ਵੀ ਬਣਾਏ ਜਾ ਰਹੇ ਨੇ ਆਉਣ ਵਾਲੇ ਸਮੇਂ ਵਿੱਚ। ਦੇਖੋ, ਜਿਹੜੀ ਸਟੂਡੈਂਟ ਇਲੈਕਸ਼ਨ ਕਰਾਈ ਹੈ ਉਹਨੂੰ ਵੈਲਕਮ ਕਰਦਾ ਹਰ ਬੰਦਾ, ਚਾਹੁੰਦਾ ਕਿ ਡੈਮੋਕਰੈਟਿਕ ਪ੍ਰੋਸੈਸ ਵਿੱਚ ਇਲੈਕਸ਼ਨ ਬੜੀ ਇੰਪੋਰਟੈਂਟ ਹੈ। ਪਰ ਜਿਸ ਮੰਸ਼ਾ ਨਾਲ ਕਾਂਗਰਸ ਨੇ ਕਰਾਈ ਉਹ ਮੰਸ਼ਾ ਸਾਫ਼ ਨਹੀਂ ਗੀ। ਉਹਨਾਂ ਨੂੰ ਪਤਾ ਕਿ ਸਾਡੇ ਟੀਚਰਾਂ ਵਿੱਚ, ਕਿਸਾਨਾਂ ਵਿੱਚ, ਬੇਰੁਜ਼ਗਾਰਾਂ ਵਿੱਚ, ਆਂਗਨਵਾੜੀ ਵਿੱਚ, ਹਰ ਵਰਗ ਵਿੱਚ ਸਾਡੀ ਧੋਏ ਧੋਏ ਹੋ ਰਹੀ ਹੈ। ਹੁਣ ਉਹ ਸਟੂਡੈਂਟ ਸਟਰੈਂਥ ਵਿੱਚ ਯੂਨੀਅਨ ਦੀ ਇਲੈਕਸ਼ਨ ਕਰਕੇ ਡਿਵੀਜ਼ਨ ਕਰਾਉਣਾ ਚਾਹੁੰਦੇ ਆਪਣੀ ਪਾਰਲੀਮੈਂਟ ਚੋਣ 'ਚ, ਵੀ ਆਪਣੇ ਆਪ ਨੂੰ ਸਾਹ ਲੈਣ ਜੋਗੇ। ਉਧਰ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੰਜਾਬ ਸਟੂਡੈਂਟ ਯੂਨੀਅਨ ਅਤੇ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉੱਥੇ ਉਹਨਾਂ ਨੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਵੀ ਸੌਂਪਿਆ। ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਪਰ ਸਰਕਾਰ ਦੇ ਵੱਲੋਂ ਅਜੇ ਤੱਕ ਕਿਸੇ ਵੀ ਵਾਅਦੇ ਨੂੰ ਵਫਾ ਨਹੀਂ ਕੀਤਾ ਗਿਆ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਹਰ ਵਰਗ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰੇ। ਅਸੀਂ 14 ਸਤੰਬਰ ਨੂੰ ਇੱਕ ਪ੍ਰੋਟੈਸਟ ਪਟਿਆਲੇ ਦੇ ਵਿੱਚ ਕੀਤਾ ਸੀ। ਉਹਦੇ ਵਿੱਚ ਸਾਡੀਆਂ ਮੰਗਾਂ ਸੀ ਕਿ ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਦੇ ਵਿੱਚ ਇੱਕ ਜਿਹੜਾ ਵੱਡਾ ਵਾਅਦਾ ਇਹ ਕੀਤਾ ਸੀ ਕਿ ਲੜਕੀਆਂ ਦੀ ਜਿਹੜੀ ਫੀਸ ਹੈ ਉਹ PhD ਤੱਕ ਬਿਲਕੁਲ ਫ੍ਰੀ ਕੀਤੀ ਜਾਊਗੀ, ਪਰੰਤੂ ਉਸ ਦਿਸ਼ਾ ਦੇ ਵਿੱਚ ਕੋਈ ਇੱਕ ਵੀ ਕਦਮ ਨਹੀਂ ਚੁੱਕਿਆ ਗਿਆ ਅਤੇ ਇਹਦੇ ਨਾਲ ਸ਼ਹੀਦ ਭਗਤ ਸਿੰਘ ਦਾ ਜਿਹੜਾ 23 ਮਾਰਚ ਨੂੰ ਸ਼ਹੀਦੀ ਦਿਵਸ ਲੰਘਿਆ ਅਤੇ ਖਟਕੜ ਕਲਾਂ ਦੇ ਵਿੱਚ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਅਤੇ ਬਾਕੀ ਪੰਜਾਬ ਸਰਕਾਰ ਨੇ ਉੱਥੇ ਵੱਡੇ ਵੱਡੇ ਭਾਸ਼ਣ ਦਿੱਤੇ ਪਰ ਭਗਤ ਸਿੰਘ ਦੇ ਨਾਂ 'ਤੇ ਇਹਨਾਂ ਨੇ ਰੋਟੀਆਂ ਸੇਕਦਿਆਂ ਅਤੇ ਫਿਰੋਜ਼ਪੁਰ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਅਤੇ ਰਕੇਸ਼ ਕੁਮਾਰ ਜੀ ਵੱਲੋਂ ਇੱਕ ਜਿਹੜਾ ਸ਼ਹੀਦਾਂ ਦਾ ਗੁਪਤ ਟਿਕਾਣਾ ਉਹ ਲੱਭਿਆ ਗਿਆ ਸੀ। ਉੱਥੇ ਲਗਾਤਾਰ ਇੱਕ ਮੰਗ ਹੈ ਲੋਕਾਂ ਦੁਆਰਾ ਕਿ ਉੱਥੇ ਮਿਊਜ਼ੀਅਮ ਅਤੇ ਲਾਇਬ੍ਰੇਰੀ ਬਣਾਈ ਜਾਵੇ, ਇਹ ਅਸਲੀ ਸ਼ਰਧਾਂਜਲੀ ਜਿਹੜੀ ਹੈਗੀ ਆ ਭਗਤ ਸਿੰਘ ਨੂੰ ਹੋਊਗੀ। ਇਹ ਜਿਹੜੀ ਵਿੱਦਿਆ ਦਾ ਇੰਨਾ ਨਾਸ ਮਾਰਿਆ ਜਾ ਰਿਹਾ, ਇਹਦੇ 'ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਜਿਹੜੀ, ਉਹਦਾ ਪੂਰੇ ਦਾ ਪੂਰਾ ਫੰਡ ਵਿਦਿਆਰਥੀਆਂ ਨੂੰ ਜਾਰੀ ਹੋਣਾ ਚਾਹੀਦਾ। ਦੂਜਾ, ਘੱਟ ਗਿਣਤੀਆਂ ਦੇ ਵਜ਼ੀਫੇ ਨੇ ਜਿਹੜੇ ਕਿ ਲਗਾਤਾਰ ਰੋਕੇ ਗਏ ਹੈ, ਉਹ ਦੇਸ਼ ਦੇ ਵਿੱਚ ਜਦੋਂ ਦੀ ਮੋਦੀ ਦੀ ਸਰਕਾਰ ਆਈ ਹੈ ਘੱਟ ਗਿਣਤੀਆਂ ਨਾਲ ਇੱਕ ਜਿਹੜਾ ਦੋਇਮ ਦਰਜੇ ਦਾ ਉਹ ਇੱਕ ਵਤੀਰਾ ਕੀਤਾ ਜਾ ਰਿਹਾ, ਤਾਂ ਉਹਨਾਂ ਦੀਆਂ ਜਿਹੜੀਆਂ ਇਹ ਵਜ਼ੀਫੇ ਨੇ, ਚਾਹੇ ਸਿੱਖ ਨੇ ਉਹ ਚਾਹੇ ਮੁਸਲਿਮ ਨੇ ਜਾਂ ਹੋਰ ਘੱਟ ਗਿਣਤੀਆਂ, ਉਹਨਾਂ ਨੂੰ ਜਾਰੀ ਹੋਣੇ ਚਾਹੀਦੇ ਆ। ਸਟੂਡੈਂਟਸ ਆਏ ਹੈ ਕਿ ਜੇ ਮੰਗ ਪੱਤਰ ਦੇਣ, ਇਹਨਾਂ ਦੀਆਂ ਕੁਛ ਜਾਇਜ਼ ਗੱਲਾਂ ਨੇ ਰਿਗਾਰਡਿੰਗ ਬੱਸ ਪਾਸਾਂ ਦੇ ਅਤੇ ਰਿਗਾਰਡਿੰਗ ਜਿਹੜੀ
ਫੀਸ ਮਾਫੀ ਦੀਆਂ ਰਿਲੇਟਡ ਹੈਗੀਆਂ ਨੇ, ਅਸੀਂ ਇਹਨਾਂ ਦੀ ਇਮੀਡੀਏਟਲੀ ਸਰਕਾਰ ਨੂੰ ਫੋਰਵਰਡ ਕਰਾਂਗੇ ਅਤੇ ਜਿਹੜੀ ਬੱਸ ਪਾਸਾਂ ਨਾਲ ਜੋ ਵੀ ਸੰਬੰਧਿਤ ਹੈਗਾ ਜਾਂ ਉਹਦੇ ਨਾਲ ਰਿਲੇਟਡ ਇਸ਼ੂਜ ਨੇ ਉਹ PRTC ਅਧਿਕਾਰੀਆਂ ਨੂੰ ਅਸੀਂ ਫੋਰਵਰਡ ਕਰਾਂਗੇ। ਉਧਰ ਅੱਜ ਬਠਿੰਡਾ ਵਿੱਚ ਪੰਜਾਬ ਟਰੱਕ ਓਪਰੇਟਰ ਯੂਨੀਅਨ ਦੇ ਬੈਨਰ ਹੇਠ ਪੰਜਾਬ ਅਤੇ ਬਠਿੰਡਾ ਦੀਆਂ ਵੱਖ ਵੱਖ ਟਰੱਕ ਓਪਰੇਟਰ ਯੂਨੀਅਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਜਲਦ ਮੰਨੇ ਜਾਣ ਦੀ ਮੰਗ ਕੀਤੀ। ਇਸ ਮੌਕੇ ਟਰਾਂਸਪੋਰਟਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਨਵੀਂ ਨੀਤੀ ਵਾਪਸ ਨਾ ਲਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦਾ ਖਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ। ਉਹਨਾਂ ਨੇ ਕਿਹਾ ਕਿ ਸਰਕਾਰ ਦੀ ਨਵੀਂ ਨੀਤੀ ਦੇ ਨਾਲ ਟਰੱਕ ਓਪਰੇਟਰਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ, ਇਸ ਲਈ ਸਰਕਾਰ ਜਲਦ ਤੋਂ ਜਲਦ ਇਸ ਨਵੀਂ ਨੀਤੀ ਨੂੰ ਵਾਪਸ ਲਵੇ ਅਤੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰੇ। ਇਹ ਪ੍ਰਦਰਸ਼ਨ ਨੂੰ ਅਸੀਂ ਜੀ ਜੇਕਰ ਸਰਕਾਰ ਹਜੇ ਵੀ ਨਾ ਟਸ ਤੋਂ ਮਸਤ ਹੋ ਨਹੀਂ ਰਹੀ ਸਾਡੇ ਹਿਸਾਬ ਦੇ ਨਾਲ, ਕਿਉਂਕਿ ਦੋ ਤਿੰਨ ਵਾਰੀ ਇਹਨਾਂ ਨੇ ਗੱਲਬਾਤ ਕੀਤੀ ਹੈ ਪਰ ਉੱਥੇ ਸਰਕਾਰ ਦੇ ਕੰਨਾਂ ਦੇ ਹਾਲੇ ਜੂ ਨਹੀਂ ਸਰਕੀ, ਅਸੀਂ ਇਹ ਪ੍ਰਦਰਸ਼ਨ ਨੂੰ ਹੋਰ ਵੀ ਤਿੱਖਾ ਸੰਘਰਸ਼ ਕਰਾਂਗੇ, ਮਰਨ ਮਾਰਨ ਤੱਕ ਜਾਵਾਂਗੇ, ਕਿਉਂਕਿ ਅਸੀਂ ਭੁੱਖੇ ਮਰ ਰਹੇ ਹਾਂ, ਗਰੀਬ ਕੀ ਕਰਾਂਗੇ? ਲਿਫਟਿੰਗ ਤਾਂ ਫਿਰ ਹੋਊਗੀ ਨਹੀਂ ਜੀ, ਅਸੀਂ ਤਾਂ ਸਾਡਾ ਤਾਂ ਪੂਰਨ ਬਾਈਕਾਟ ਹੈ, ਇੱਕ ਵੀ ਗੱਡੀ ਸਾਡੀ ਯੂਨੀਅਨ ਤੋਂ ਬਾਹਰ ਨਹੀਂ ਜਾਊ, ਭਾਵੇਂ ਖੜਗਾ ਸੜ ਜਾਣ ਪਰ ਅਸੀਂ ਸਰਕਾਰ ਦਾ ਮਾਲ ਨਹੀਂ ਢੋਵਾਂਗੇ। ਜਿਹੜੀਆਂ ਪਹਿਲਾਂ ਤਾਂ ਸਾਡੀਆਂ ਟਰੱਕ ਯੂਨੀਅਨ ਸਰਕਾਰ ਨੇ ਭੰਗ ਕਰੀਆਂ ਹੈ, ਸਰਕਾਰ ਕੋਲ ਕੋਈ ਅਧਿਕਾਰ ਨਹੀਂ, ਸਾਡੇ ਪ੍ਰਾਈਵੇਟ ਅਦਾਰੇ ਹੈ ਵੀ ਸਰਕਾਰ ਇਹਨਾਂ ਨੂੰ ਭੰਗ ਕਰਦੇ, ਅਸੀਂ ਕੋਈ ਸਰਕਾਰ ਦੀ ਇਹ ਗੱਲ ਦੇ ਭੰਗ ਕਰੇ ਮੰਨਣ ਨੂੰ ਤਿਆਰ ਨਹੀਂ। ਅਸੀਂ ਯੂਨੀਅਨਾਂ ਜਿਵੇਂ ਪਹਿਲਾਂ ਸੀਗੀਆਂ ਉਵੇਂ ਜਿਕਰ ਹੀ ਸਾਡੀਆਂ ਯੂਨੀਅਨਾਂ ਚੱਲਣਗੀਆਂ। ਜਿਹੜੀ ਇਹਨਾਂ ਨੇ ਸਾਡੇ ਨਾਲ ਰੇਟਾਂ ਬਾਰੇ ਇੱਕ ਪੋਲਸੀ ਬਣਾਈ ਹੈ ਉਹ ਪੋਲਸੀ ਅਸੀਂ ਕੋਈ ਲਾਗੂ ਨਹੀਂ ਹੋਣ ਦੇਵਾਂਗੇ। ਜਿਹੜੇ ਸਾਡੇ ਪਹਿਲਾਂ ਟਰੱਕ ਯੂਨੀਅਨ ਦੇ ਟੈਂਡਰ ਚੱਲਦੇ ਹੈ ਉਹ ਤੋਂ ਜਿਵੇਂ ਆਏ ਸਾਲ ਅਸੀਂ ਰੇਟ ਵਧਾ ਕੇ ਲੈਂਦੇ ਹਾਂ, ਜਿੰਨੇ ਪਰਸੈਂਟ ਪਹਿਲਾਂ ਵਧਾ ਕੇ ਦਿੰਦੇ ਹੈ ਹੁਣ ਵੀ ਅਸੀਂ ਉਨੇ ਵਧਾ ਕੇ ਲਵਾਂਗੇ। ਇਹ ਗੱਲ ਨਹੀਂ ਕਰਦੀ ਸਰਕਾਰ ਵੀ ਸਟੇਟੀ ਦੇ ਨਾਂ 'ਤੇ ਪਾਓ, ਅਸੀਂ ਕੋਈ ਟੈਂਡਰ ਨਹੀਂ ਪਾਉਣਾ, ਸਾਡਾ ਬਾਈਕਾਟ ਹੈ, ਹੁਣ ਤਾਂ ਸਾਡਾ ਜ਼ਿਲ੍ਹਾ ਲੇਬਰ 'ਤੇ ਹੈ, ਫਿਰ ਪੰਜਾਬ ਲੇਵਲ 'ਤੇ ਉਹ ਵੀ ਸੰਘਰਸ਼ ਕਰਨਾ ਪਵੇ। ਜਿਵੇਂ ਖਦਾਨ ਕਿਸਾਨ ਖੁਦਕੁਸ਼ੀਆਂ ਕਰਦੇ ਹੈ ਇਵੇਂ ਜੇਕਰ ਸਾਡੇ ਟਰੱਕ ਆਪਰੇਟਰ ਵੀ ਖੁਦਕੁਸ਼ੀਆਂ ਕਰਨਗੇ ਜੇ ਇਹਨਾਂ ਨੇ ਟੈਂਡਰ ਨਾ ਪਾਇਆ। ਅਤੇ ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਅੱਜ ਦੇ ਕੁਝ ਅਹਿਮ ਅਤੇ ਖਾਸ ਸੁਰਖੀਆਂ 'ਤੇ। ਵਿਧਾਨ ਸਭਾ ਬਜਟ ਸੈਸ਼ਨ ਦੇ ਆਖਰੀ ਦਿਨ ਸੁਖਪਾਲ ਸਿੰਘ ਖਹਿਰਾ ਖਿਲਾਫ਼ ਨਿੰਦਾ ਮਤਾ ਪਾਸ, ਖਹਿਰਾ ਨੇ ਕਾਂਗਰਸ 'ਤੇ ਕੀਤਾ ਪਲਟਵਾਰ, ਕਿਹਾ ਸੱਤਾਧਾਰੀ ਉਹਨਾਂ ਵੱਲੋਂ ਨਜਾਇਜ਼ ਗੱਲ ਨੂੰ ਟੋਕਣ ਤੋਂ ਹਨ ਪਰੇਸ਼ਾਨ। ਕਾਂਗਰਸੀ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਸੁਖਪਾਲ ਖਹਿਰਾ ਨੂੰ ਲਿਆ ਨਿਸ਼ਾਨੇ 'ਤੇ, ਕਿਹਾ ਜਿਸ ਨੂੰ ਕੁਝ ਨਹੀਂ ਆਉਂਦਾ ਉਹੀ ਕਰਦਾ ਹੈ ਅਜਿਹੀ ਰਾਜਨੀਤੀ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਿਰ ਸਾਧਿਆ ਸੁਖਬੀਰ ਬਾਦਲ 'ਤੇ ਨਿਸ਼ਾਨਾ, ਕਿਹਾ ਸੁਖਬੀਰ ਚਾਹੁੰਦੇ ਹਨ ਕਿ ਕਾਂਗਰਸ ਵੀ ਉਹਨਾਂ ਦੀ ਸਰਕਾਰ ਵਾਂਗ ਬੋਲੇ ਲੋਕਾਂ ਨਾਲ ਝੂਠ। ਬਿਕਰਮ ਸਿੰਘ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ 'ਤੇ ਕੀਤਾ ਪਲਟਵਾਰ, ਮਨਪ੍ਰੀਤ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ ਨਿਸ਼ਾਨੇ 'ਤੇ, ਕਈ ਹੋਰ ਮੁੱਦਿਆਂ 'ਤੇ ਵੀ ਦਿੱਤੀ ਪ੍ਰਤੀਕਿਰਿਆ। ਬਜਟ ਸੈਸ਼ਨ ਦੌਰਾਨ ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ 'ਚ ਹੋਈ ਤਗੜੀ ਬਹਿਸ, ਸੁਖਬੀਰ ਨੇ ਮਨਪ੍ਰੀਤ ਬਾਦਲ ਵੱਲੋਂ ਤਿਆਰ ਬਜਟ ਨੂੰ ਦੱਸਿਆ ਝੂਠ ਦਾ ਪੁਲੰਦਾ, ਕਿਹਾ ਮਨਪ੍ਰੀਤ ਬਾਦਲ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ ਧੋਖਾ। ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਆਖਰੀ ਦਿਨ ਵੀ ਕੀਤਾ ਵਾਕਆਊਟ, ਆਪ ਵਿਧਾਇਕ ਅਮਨ ਅਰੋੜਾ, HS ਫੂਲਕਾ ਅਤੇ ਕਮਲ ਸੰਧੂ ਨੇ ਸਰਕਾਰ 'ਤੇ ਸਾਧੇ ਨਿਸ਼ਾਨੇ, ਕਿਹਾ ਸਰਕਾਰ ਕਰ ਰਹੀ ਹੈ ਵਾਅਦਾ ਖਿਲਾਫੀ। ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਸਰਗਰਮੀਆਂ, ਫਿਲਹਾਲ ਮੈਨੂੰ ਦਿਓ ਇਜਾਜ਼ਤ, ਦੇਖਦੇ ਰਹੋ E9 ਪੰਜਾਬੀ।